ਹਾਂਜੀ ਬੇਟਾ, ਸਵਾਗਤ ਆ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੇ ਇਸ ਐਜੂਕੇਸ਼ਨਲ ਯੂਟਿਊਬ ਚੈਨਲ 'ਤੇ। ਅੱਜ ਦੀ ਇਸ ਵੀਡੀਓ ਵਿੱਚ ਬੇਟਾ ਆਪਾਂ ਤੁਹਾਡੇ ਲਈ ਹੱਲ ਕਰਾਂਗੇ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਐਗਜ਼ਾਮੀਨੇਸ਼ਨ ਐਂਡ PSTSC ਪੰਜਾਬ ਸਟੇਟ ਟੇਲੈਂਟ ਸਰਚ ਐਗਜ਼ਾਮੀਨੇਸ਼ਨ 2023-24 ਸੈਸ਼ਨ ਲਈ ਜਿਹੜੀ ਬੇਟਾ ਹੋਈ ਸੀ NMS ਅਤੇ PSTSC ਦੀ ਪ੍ਰੀਖਿਆ। ਉਹਦੇ ਵਿੱਚ ਆਪਣਾ ਇੱਕ ਪਾਰਟ ਰਹਿ ਗਿਆ ਸੀਗਾ ਸਾਇੰਸ ਵਾਲਾ, ਉਹ ਪੋਰਸ਼ਨ ਆਪਾਂ ਤੁਹਾਡੇ ਲਈ ਹੱਲ ਕਰਾਂਗੇ। ਤੁਹਾਨੂੰ ਦੇਖ ਕੇ ਆਪਣੇ ਅੰਕਾਂ ਦਾ ਮਿਲਾਨ ਜ਼ਰੂਰ ਕਰਨਾ ਬੇਟਾ, ਠੀਕ ਹੈ? ਅਤੇ ਨਾਲੇ ਤੁਹਾਨੂੰ ਪਤਾ ਲੱਗ ਜੂਗਾ ਅਤੇ ਕੁਐਸਚਨ, ਜਿਹੜੇ ਬੱਚੇ ਨਿਊ ਨੇ ਇਸ ਵੀਡੀਓ ਨੂੰ ਦੇਖ ਰਹੇ ਆ, ਵੀ ਕੁਐਸਚਨ ਕਿਹੋ ਜਿਹੇ ਹੁੰਦੇ ਹੈ ਨਾ, ਜਿਹਨਾਂ ਨੇ ਪੇਪਰ ਦਿੱਤਾ ਹੈ ਉਹ ਆਪਣੇ ਅੰਕਾਂ ਦਾ ਮਿਲਾਨ ਕਰ ਲੈਣਗੇ, ਠੀਕ ਹੈ ਬੇਟਾ? ਹਾਂਜੀ, ਤਾਂ ਸਾਇੰਸ ਦਾ ਸਾਡਾ ਪਹਿਲਾ ਪ੍ਰਸ਼ਨ ਹੈ 91 ਨੰਬਰ। ਰੇਲਵੇ ਸਟੇਸ਼ਨ 'ਤੇ ਕੁੱਲੀ ਭਾਰ ਵਜ਼ਨ ਉਠਾਉਣ ਲਈ ਸਮੇਂ ਸਿਰ ਉੱਪਰ ਉਠਾਉਣ ਸਮੇਂ ਸਿਰ ਉੱਪਰ ਕੱਪੜੇ ਨੂੰ ਗੋਲ ਲਪੇਟ ਕੇ ਰੱਖਦੇ ਹੈ, ਕਿਉਂ ਵੀ? ਤਾਂ ਕਿ ਪ੍ਰੈਸ਼ਰ ਘੱਟ ਪਵੇ, ਠੀਕ ਹੈ, ਦਾਬ ਨੂੰ ਘੱਟ ਕਰਨ ਲਈ। ਸੈਕਿੰਡ ਆਪਸ਼ਨ ਸਹੀ ਬਣ ਜੂ ਪੁੱਤ। ਅੱਜ ਮੋਨਿਕਾ ਨੇ ਸਾਇੰਸ ਲੈਬ ਵਿੱਚ ਵੇਖਿਆ ਕਿ ਨਿੰਬੂ ਦਾ ਰਸ ਬਿਜਲੀ ਦਾ ਸੰਚਾਲਕ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਬਿਜਲੀ ਦਾ ਸੰਚਾਲਕ ਹੈ? ਸਾਰੇ ਸੰਚਾਲਕ ਹੈ ਵੀ, ਤਾਂ ਕੀ ਆਊਗਾ ਪ੍ਰੋਕਤ? ਸਾਰੇ। ਜੇਕਰ ਪੈਂਡੂਲਮ 4 ਸਕਿੰਟਾਂ ਵਿੱਚ 20 ਵਾਰੀ ਓਸੀਲੇਟ ਹੁੰਦਾ, ਠੀਕ ਹੈ, ਤਾਂ ਆਵਰਤ ਕਾਲ ਕਿੰਨਾ ਹੈ? ਤਾਂ 4 ਸਕਿੰਟਾਂ 'ਚ 20 ਵਾਰੀ ਓਸੀਲੇਟ ਹੁੰਦਾ, ਠੀਕ ਹੈ, ਜਾਂ ਅਸੀਂ ਕਹੀਏ 1 ਸਕਿੰਟ ਦੇ ਵਿੱਚ 5 ਵਾਰ ਓਸੀਲੇਟ ਹੁੰਦਾ, ਠੀਕ ਹੈ, 1 ਸਕਿੰਟ ਦੇ ਵਿੱਚ 5 ਵਾਰ। ਆਵਰਤ ਕਾਲ ਕੀ ਹੁੰਦਾ? ਫ੍ਰੀਕੁਐਂਸੀ ਦਾ ਉਲਟ ਹੁੰਦਾ ਵੀ, ਠੀਕ ਹੈ। 1 ਸਕਿੰਟ ਦੇ ਵਿੱਚ 5 ਵਾਰ ਮਤਲਬ 1/5, ਠੀਕ ਹੈ, ਯਾਨੀ ਕਿ 0.2 ਸੈਕਿੰਡ। ਥਰਡ ਆਪਸ਼ਨ ਆ ਜੀ। ਇੱਕ ਦਿਨ ਰੇਲਵੇ ਸਟੇਸ਼ਨ 'ਤੇ ਅਰਨਮ ਨੇ ਨੋਟ ਕੀਤਾ ਕਿ ਟੈਚੀਆਂ ਦੇ ਹੇਠਾਂ ਪਹੀਏ ਲੱਗੇ ਹੋਏ ਸਨ। ਉਸਨੇ ਇਸਦਾ ਕਾਰਨ ਆਪਣੇ ਅਧਿਆਪਕ ਤੋਂ ਪੁੱਛਿਆ। ਉਹਨਾਂ ਦੱਸਿਆ ਕਿ ਪਹੀਏ ਭਾਰੀ ਸਮਾਨ ਨੂੰ ਖਿੱਚਣ ਵਿੱਚ ਮਦਦ ਕਰਦੇ ਨੇ। ਅਜਿਹਾ ਕਿਉਂ ਹੈ ਵੀ? ਕਿਉਂਕਿ ਸਰਕਣਸ਼ੀਲ ਰਗੜ ਆ ਜਿਹੜੀ ਉਹ ਬੇਲਣ ਰਗੜ ਤੋਂ ਜ਼ਿਆਦਾ ਹੈ, ਠੀਕ ਹੈ। ਕਾਰਤਿਕ ਆਪਣੇ ਘਰ ਬੈਠਾ ਸੀ, ਉਸਨੇ ਦੇਖਿਆ ਕਿ ਕੁਝ ਸਕਿੰਟ ਲਈ ਧਰਤੀ ਕੰਬਣ ਲੱਗੀ, ਆਲੇ ਦੁਆਲੇ ਦੀਆਂ ਵਸਤਾਂ ਹਿੱਲਣ ਲੱਗੀਆਂ। ਇਸ ਘਟਨਾ ਨੂੰ ਕੀ ਬੋਲਦੇ ਆ ਵੀ? ਭੂਚਾਲ। ਪਾਣੀ ਦਾ ਦਬਾਅ ਤਲਾਬ ਦੀ ਸਤ੍ਹਾ ਨਾਲੋਂ ਤਲਾਬ ਦੇ ਥੱਲੇ ਕੀ ਹੋਏਗਾ ਵੀ? ਜ਼ਿਆਦਾ ਹੋਏਗਾ। ਨੈਕਸਟ ਹੈ, ਆਸਥਾ ਨੇ ਆਪਣੀ ਕਾਰ ਦੇ ਡੈਸ਼ਬੋਰਡ 'ਤੇ ਇੱਕ ਮੀਟਰ ਦੇਖਿਆ ਜੋ ਇਸ ਦੁਆਰਾ ਤੈਅ ਕੀਤੀ ਗਈ ਦੂਰੀ ਨੂੰ ਮਾਪਦਾ ਹੈ, ਉਸ ਨੂੰ ਕੀ ਬੋਲਦੇ ਆ ਵੀ? ਓਡੋਮੀਟਰ। ਮਨੁੱਖੀ ਅੱਖ ਦਾ ਉਹ ਕਿਹੜਾ ਭਾਗ ਹੈ ਜੋ ਅੱਖ ਨੂੰ ਰੰਗ ਪ੍ਰਦਾਨ ਕਰਦਾ ਵੀ? ਆਇਰਸ। ਜਿਮਨਾਸਟ ਆਪਣੇ ਹੱਥਾਂ ਉੱਤੇ ਖਾਸ ਮੋਟਾ ਖੁਰਦਰਾ ਕੱਪੜਾ ਕਿਉਂ ਲਗਾਉਂਦੇ ਆ ਵੀ? ਪਦਾਰਥ। ਰਗੜ ਬਲ ਵਧਾ ਕੇ ਪਕੜ ਮਜ਼ਬੂਤ ਕਰਨ ਲਈ। ਅੱਗੇ ਹੈ, ਵੱਡੇ ਆਯਾਮ ਵਾਲੀ ਧੁਨੀ ਆ ਜਿਹੜੀ ਕੰਪਨ ਵਿੱਚ ਕਿਹੋ ਜਿਹੀ ਆਵਾਜ਼ ਪੈਦਾ ਕਰੇਗੀ ਵੀ? ਉੱਚੀ ਆਵਾਜ਼। ਏ ਅਤੇ ਬੀ ਲੜਕੇ ਨੇ ਬਲਾਕ ਉੱਤੇ ਬਲ ਲਗਾ ਰਹੇ ਨੇ। ਜੇਕਰ ਬਲਾਕ ਏ ਵਾਲੇ ਪਾਸੇ ਨੂੰ ਵੱਧ ਗਿਆ ਤਾਂ ਉਹਦਾ ਮਤਲਬ ਬੀ ਨੇ ਬਲ ਜ਼ਿਆਦਾ ਲਗਾਇਆ ਹੈ, ਤਾਂ ਏ ਦੁਆਰਾ ਗਏ ਲਗਾਏ ਗਏ ਬਲ ਦੀ ਤੀਬਰਤਾ ਬੀ ਦੇ ਮੁਕਾਬਲੇ ਘੱਟ ਹੈ, ਮਤਲਬ ਬੀ ਦੀ ਜ਼ਿਆਦਾ ਹੈ। ਸੈਕਿੰਡ ਆਪਸ਼ਨ ਆ ਜੂਗੀ। ਲੋਹੜੀ ਦੇ ਤਿਉਹਾਰ ਦੀ ਰਾਤ ਇੱਕ ਵਿਅਕਤੀ ਅੱਗ ਦੇ ਨੇੜੇ ਬੈਠਾ ਹੈ, ਕਿਹੜੀ ਵਿਧੀ ਨਾਲ ਉਹ ਗਰਮੀ ਮਹਿਸੂਸ ਹੋ ਰਹੀ ਹੈ ਵੀ? ਕਿਹੜਾ ਮੈਥਡ ਆ ਹੀਟ ਦਾ? ਵਿਕਿਰਨ। ਕ੍ਰੋਮੀਅਮ ਦੀ ਪਰਤ ਬਹੁਤ ਸਾਰੀਆਂ ਵਸਤਾਂ ਜਿਵੇਂ ਕਿ ਕਾਰ ਦੇ ਹਿੱਸੇ, ਨਹਾਉਣ ਵਾਲੇ ਟੱਬ, ਰਸੋਈ ਗੈਸ ਆਦਿ ਵਰਤੀ ਜਾਂਦੀ ਹੈ, ਕਿਉਂ ਵੀ? ਕਿਉਂਕਿ ਖੁਰਦੀਨੀ ਅਤੇ ਚਰੀਟਾਂ ਦਾ ਪ੍ਰਤੀਰੋਧ ਕਰਦੀ ਹੈ। ਲਿਖੇ ਦਿੱਤੇ ਬਾਲਾਂ ਨੂੰ ਉਹਦੇ ਕਲੋਰੀ ਮਿਲ ਅਨੁਸਾਰ ਵਾਧੇ ਕਰਮ ਦੇ ਵਿੱਚ ਲਾਓ। ਪਹਿਲਾਂ ਆਜੂ ਵੀ ਲੱਕੜੀ, ਬੀ, ਫਿਰ ਆਜੂ ਕੋਲਾ,
ਸੀ, ਫਿਰ ਆਜੂ ਪੈਟਰੋਲ, ਫਿਰ ਆਜੂ ਕੁਦਰਤੀ ਗੈਸ। ਮਤਲਬ ਚੌਥੀ ਆਪਸ਼ਨ ਸਾਡੀ ਸਹੀ ਆ ਜੂ। ਯੂਰੀਆ ਖਾਦ ਬਣਾਉਣ ਲਈ ਉਪਯੋਗ ਕੀਤੀ ਜਾਣ ਵਾਲੀ ਹਾਈਡਰੋਜਨ ਗੈਸ ਕਿੱਥੋਂ ਪ੍ਰਾਪਤ ਕੀਤੀ ਜਾਂਦੀ ਹੈ? ਵੀ ਪ੍ਰਕਿਰਤਿਕ ਗੈਸ ਤੋਂ, ਨੈਚੁਰਲ ਗੈਸ ਤੋਂ। ਤੀਜੀ ਆਪਸ਼ਨ, ਫਨੋਲ ਪਥਲੀਨ ਇੱਕ ਸੰਸ਼ਲਿਸ਼ਟ ਸੂਚਕ ਹੈ, ਜੇਕਰ ਇਸ ਨੂੰ ਤੇਜ਼ਾਬ ਅਤੇ ਖਾਰ ਵਿੱਚ ਵੱਖਰੇ ਤੌਰ 'ਤੇ ਪਾਈਏ ਤਾਂ ਕਿਹੜਾ ਰੰਗ ਪਤਾ ਹੋਵੇਗਾ? ਵੀ ਤੇਜ਼ਾਬ ਦੇ ਵਿੱਚ ਰੰਗਹੀਨ ਅਤੇ ਖਾਰ ਦੇ ਵਿੱਚ ਗੁਲਾਬੀ, ਪਹਿਲੀ ਆਪਸ਼ਨ। ਪਰਜਲਣ ਤਾਪਮਾਨ ਸਭ ਤੋਂ ਘੱਟ ਤਾਪਮਾਨ ਹੁੰਦਾ ਹੈ ਜਿਸ 'ਤੇ ਕਿਸੇ ਪਦਾਰਥ ਨੂੰ ਅੱਗ ਲੱਗ ਜਾਂਦੀ ਹੈ। ਇੱਕ ਚੰਗੇ ਬਾਲਣ ਦੇ ਪਰਜਲਣ ਤਾਪਮਾਨ ਦੇ ਸੰਬੰਧ ਵਿੱਚ ਸਹੀ ਵਿਕਲਪ ਦੀ ਚੋਣ ਕਰੋ। ਠੀਕ ਹੈ, ਜਿਹੜਾ ਪਰਜਲਣ ਤਾਪਮਾਨ ਹੈ ਉਹ ਕਮਰੇ ਦੇ ਤਾਪਮਾਨ ਤੋਂ ਉੱਪਰ ਹੁੰਦਾ ਜੀ। ਠੀਕ ਹੈ, ਤਾਂ ਕਿਹੜੀ ਆਪਸ਼ਨ ਆਜੂਗੀ? ਸੈਕਿੰਡ। ਨੈਕਸਟ ਹੈ, ਮ੍ਰਿਤ ਬਨਸਪਤੀ ਦੇ ਹੌਲੀ ਹੌਲੀ ਕੋਲੇ ਵਿੱਚ ਤਬਦੀਲ ਹੋਣ ਨੂੰ ਕੀ ਬੋਲਿਆ ਜਾਂਦਾ? ਵੀ ਕਾਰਬਨੀਕਰਨ। ਲਾਸਟ ਆਪਸ਼ਨ। ਨੈਕਸਟ ਹੈ, ਮੈਗਨੀਸ਼ੀਅਮ ਆਕਸੀਜਨ ਨਾਲ ਮਿਲ ਕੇ ਮੈਗਨੀਸ਼ੀਅਮ ਆਕਸਾਈਡ ਬਣਾਉਂਦਾ ਹੈ। ਮੈਗਨੀਸ਼ੀਅਮ ਆਕਸਾਈਡ ਦਾ ਜਲਮਈ ਘੋਲ ਕੀ ਕਰ ਦੂਗਾ? ਵੀ ਲਿਟਮਸ ਪੇਪਰ ਨੂੰ ਨੀਲਾ ਕਰ ਦੂਗਾ, ਕਿਉਂਕਿ ਉਹ ਬੇਸ ਬਣ ਜੂਗਾ। ਅੱਗੇ ਹੈ, ਅੱਗ 'ਤੇ ਕਾਬੂ ਪਾਉਣ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਕੰਮ ਕੀਤਾ ਜਾਣਾ ਚਾਹੀਦਾ? ਵੀ ਗਰਮੀ ਦੀ ਹੀਟ ਦੀ ਸਪਲਾਈ ਨੂੰ ਕੀ ਕੀਤਾ ਜਾਵੇ? ਘੱਟ ਕੀਤਾ ਜਾਵੇ। ਪੈਟਰੋਲੀਅਮ ਨੂੰ ਕਾਲਾ ਸੋਨਾ ਕਿਹਾ ਜਾਂਦਾ, ਬਿਲਕੁਲ ਸਹੀ। ਵਪਾਰਕ ਮਹੱਤਤਾ ਦੇ ਕਾਰਨ ਪੈਟਰੋਲੀਅਮ ਨੂੰ ਕਾਲਾ ਸੋਨਾ ਕਿਹਾ ਜਾਂਦਾ, ਇਹ ਵੀ ਬਿਲਕੁਲ ਸਹੀ ਹੈ। ਇਹ ਸਹੀ ਵਿਆਖਿਆ ਹੈ, ਵੀ ਆਰ ਸਹੀ ਹੈ, ਇਹ ਸਹੀ ਹੈ ਅਤੇ ਆਰ ਇਸ ਦੀ ਸਹੀ ਵਿਆਖਿਆ ਹੈ। ਪਹਿਲੀ ਆਪਸ਼ਨ ਸਹੀ ਬਣ ਜੂਗੀ। ਹੇਠ ਲਿਖਿਆਂ ਵਿੱਚੋਂ ਨਸਲਾਂ ਵਿੱਚੋਂ ਕਿਹੜੀ ਭੇਡ ਹੌਜ਼ਰੀ ਲਈ ਯੋਗ ਹੈ? ਮਾਰਵਾੜੀ। ਸੀਮਾ ਅਤੇ ਸੋਨੀਆ ਬੀਕਰ ਨੂੰ ਪਾਣੀ ਨੂੰ ਬੀਕਰ ਵਿੱਚ ਗਰਮ ਕਰਨ ਵਾਲਾ ਪ੍ਰਯੋਗ ਕਰ ਰਹੇ ਹਨ। ਸੀਮਾ ਨੇ ਬੀਕਰ ਨੂੰ ਮੋਮਬੱਤੀ ਲਾਟ ਦੇ ਪੀਲੇ ਭਾਗ ਵਿੱਚ, ਸੋਨੀ ਨੇ ਸਭ ਤੋਂ ਬਾਹਰਲੇ ਭਾਗ ਵਿੱਚ ਗਰਮ ਕੀਤਾ। ਕਿਸ ਦਾ ਪਾਣੀ ਘੱਟ ਸਮੇਂ ਵਿੱਚ ਗਰਮ ਹੋਵੇਗਾ? ਵੀ ਘੱਟ ਸਮੇਂ ਵਿੱਚ ਗਰਮ ਹੋਵੇਗਾ। ਦੇਖੋ, ਸੋਨੀਆਂ ਦਾ ਜਿਹੜਾ ਪਾਣੀ ਹੈ ਬਾਹਰਲੇ ਭਾਗ ਵਿੱਚ ਗਰਮ ਕੀਤਾ, ਠੀਕ ਹੈ, ਉਹ ਜ਼ਿਆਦਾ ਛੇਤੀ ਗਰਮ ਹੋਜੂ, ਅਤੇ ਸੀਮਾ ਨੇ ਪੀਲੇ ਭਾਗ 'ਚ ਗਰਮ ਕੀਤਾ, ਉਹ ਘੱਟ ਗਰਮ ਹੋਏਗਾ। ਉਹ ਘੱਟ ਗਰਮ ਹੋਊਗਾ, ਮਤਲਬ ਜੇ ਟਾਈਮ ਸੇਮ ਰੱਖੀਏ, ਪਰ ਆਪਾਂ ਦੱਸਣਾ ਵੀ ਕਿਸ ਦਾ ਪਾਣੀ ਘੱਟ ਸਮੇਂ ਵਿੱਚ ਗਰਮ ਹੋ ਜਾਏਗਾ। ਤਾਂ ਸੋਨੀਆ ਨੇ ਬਾਹਰਲੇ ਭਾਗ ਨਾਲ ਕੀਤਾ, ਤਾਂ ਉਸਦਾ ਘੱਟ ਸਮੇਂ 'ਚ ਗਰਮ ਹੋ ਜਾਏਗਾ। ਸੈਕਿੰਡ ਆਪਸ਼ਨ ਸਹੀ। ਅੱਗੇ ਵੀ ਆਪਣੇ ਕੋਲ ਮਿਲਾਣ ਸੀਗਾ, ਉਸ ਹਿਸਾਬ ਨਾਲ ਸੀ, ਮਿਲਾਣ ਕਰਕੇ ਸਹੀ ਆਪਸ਼ਨ ਦੱਸਣੀ ਸੀ। ਚਲੋ, ਪੈਟਰੋਲ ਆ ਜਿਹੜਾ ਉਹ ਬਲਣ ਵਜੋਂ ਵਰਤਿਆ ਜਾਂਦਾ, ਵੀ ਵਿਟਾਮਿਨ ਪੇਂਟ ਅਤੇ ਸੜਕ ਦੇ ਨਿਰਮਾਣ ਵਿੱਚ, ਠੀਕ ਹੈ, ਪੈਰਾਫਿਨ ਮਲਮ ਬਹੁਤੀ ਮੈਸਲੀਨ ਦੁਬਾਰ ਦਰਵਤ ਪੈਟਰੋਲੀਅਮ ਗੈਸ ਘਰਾਂ ਅਤੇ ਉਦਯੋਗਾਂ ਵਿੱਚ ਬਾਲਣ ਵਜੋਂ, ਠੀਕ ਹੈ, ਇਸ ਹਿਸਾਬ ਨਾਲ ਆਪਾਂ ਮਿਲਾਣ ਕਰ ਦਾਂਗੇ। ਇਹ ਆ ਜਿਹੜਾ ਉਹ ਸੈਕਿੰਡ ਨਾਲ ਮਿਲਣਾ, ਤਾਂ ਆਹ ਵਾਲੀ ਆਪਸ਼ਨ ਸਾਡੀ ਸਹੀ ਹੈ ਜੀ। ਦੇਖੋ, ਡੀ ਥਰਡ ਨਾਲ ਮਿਲੂਗਾ, ਸੈਕਿੰਡ ਆਪਸ਼ਨ। ਬਾਲਣ ਦੇ ਜਲਣ ਅਤੇ ਨਿਕਲੇ ਅਣਜਲੇ ਕਾਰਬਨ ਕਣ ਹੇਠ ਲਿਖਿਆਂ ਵਿੱਚ ਕੋਈ ਸਮੱਸਿਆ ਦਾ ਕਾਰਨ ਬਣਦੇ ਨੇ? ਵੀ ਸਾਹ ਲੈਣ ਦੇ ਵਿੱਚ ਸਮੱਸਿਆ ਪੈਦਾ ਕਰਦੇ ਨੇ। ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਅਤਰ ਬਣਾਉਣ ਦੇ ਕੰਮ ਆਉਂਦਾ ਹੈ? ਕੋਲ ਤਾਰ, ਲੁੱਕ ਵੀ ਬੋਲਦੇ ਆ। ਮਨੁੱਖ ਵਿੱਚ ਨਿਸ਼ੇਚਿਤ ਅੰਡੇ ਦਾ ਵਿਕਾਸ ਆ ਜਿਹੜਾ ਉਹ ਬੱਚੇਦਾਨੀ ਜਾਂ ਗਰਭਕੋਸ਼ ਵਿੱਚ ਹੁੰਦਾ ਹੈ। ਜੰਗਲ ਵਿੱਚ ਸੈਰ ਦੌਰਾਨ ਵਿਦਿਆਰਥੀਆਂ ਨੇ ਟਾਈਗਰ ਰਿਜ਼ਰਵ ਦਾ ਇੱਕ ਬੋਰਡ ਵੇਖਿਆ। ਪੁੱਛਣ 'ਤੇ ਗਾਈਡ ਨੇ ਦੱਸਿਆ ਕਿ ਵਾਘਾਂ ਦੀ ਘੱਟਦੀ ਗਿਣਤੀ ਕਾਰਨ ਇਹ ਰਿਜ਼ਰਵ ਬਣਾਇਆ ਗਿਆ ਹੈ। ਖਾਤਮੇ ਦੇ ਕਗਾਰ 'ਤੇ ਜਾਂ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਨੂੰ, ਅਲੋਪ ਹੋ ਰਹੀਆਂ ਪ੍ਰਜਾਤੀਆਂ ਨੂੰ ਅਸੁਰੱਖਿਅਤ ਪ੍ਰਜਾਤੀਆਂ ਕਿਹਾ ਜਾਂਦਾ ਹੈ। ਸਿੰਚਾਈ ਦੇ ਢੰਗ ਤਰੀਕਿਆਂ ਦੀ ਚੋਣ ਜੋ ਅਸਮਾਨ, ਠੀਕ ਹੈ, ਪੱਧਰੀ ਜ਼ਮੀਨੀ ਹੈ ਅਤੇ ਵਰਤੀ ਜਾਂਦੀ ਹੈ, ਜਾਂ ਤਾਂ ਉੱਥੇ ਛਿੜਕਾਅ ਹੋ ਸਕਦਾ ਵੀ ਜਾਂ ਫਿਰ ਡ੍ਰਿਪ ਸਿਸਟਮ। ਸੈਕਿੰਡ ਅਤੇ ਫੋਰਥ ਆਪਸ਼ਨ, ਮਤਲਬ ਪਹਿਲੀ ਆਪਸ਼ਨ ਸਾਡੀ ਸਹੀ ਬਣੂਗੀ। ਸਾਹ ਪ੍ਰਣਾਲੀ ਦੇ ਕਿਹੜੇ ਹਿੱਸੇ ਵਿੱਚ ਗੈਸਾਂ ਦਾ ਵਟਾਂਦਰਾ ਹੁੰਦਾ, ਠੀਕ ਹੈ,
ਐਲਬੋਲੀ ਮਹਾਵਾਰੀ ਦੌਰਾਨ ਖੂਨ ਵਹਿਣ ਦੇ ਨਾਲ ਯੋਨੀ ਵਿੱਚੋਂ ਨਿਕਲਣ ਵਾਲੇ ਪਦਾਰਥ ਵਿੱਚ ਖੂਨ ਦੇ ਨਾਲ ਕੀ ਆ ਜਾਂਦੇ ਨੇ ਆਉਂਦਾ ਹੈ ਵੀ ਅੰਡਾਣੂ। ਨੈਕਸਟ ਹੈ ਇਹਨਾਂ ਵਿੱਚੋਂ ਕਿਹੜੀ ਬਿਮਾਰੀ ਜੀਵਾਣੂਆਂ ਕਾਰਨ ਹੁੰਦੀ ਹੈ ਵੀ ਸਿਟਰਸ ਕੈਂਕਰ ਪਸੀਨਾ ਗ੍ਰੰਥੀਆਂ ਲਾਰ ਗ੍ਰੰਥੀਆਂ ਤੇਲ ਗ੍ਰੰਥੀਆਂ ਆਪਣਾ ਸਾਫ ਸਿੱਧਾ ਖੂਨ ਵਿੱਚ ਨਹੀਂ ਛੱਡਦੀਆਂ ਇਹਨਾਂ ਗ੍ਰੰਥੀਆਂ ਵਿੱਚ ਨਲੀਆਂ ਨਹੀਂ ਹੁੰਦੀਆਂ ਠੀਕ ਹੈ ਇਹਦੇ ਲਈ ਪਹਿਲਾ ਕਥਨ ਸਹੀ ਹੈ ਵੀ ਫੋਰਥ ਆਪਸ਼ਨ ਇਹਨਾਂ ਨੂੰ ਕਿਸ ਨੂੰ ਭਾਰਤੀ ਹਰੀ ਕ੍ਰਾਂਤੀ ਦਾ ਪਿਤਾਮਾ ਮੰਨਿਆ ਜਾਂਦਾ ਹੈ ਡਾਕਟਰ ਐਮ ਐਸ ਸਵਾਮੀਨਾਥਨ ਆਉਣਾ ਸੀਗਾ ਪੱਚੀਵਾਂ ਆਬਾਦੀ ਦਾ ਇੱਕ ਸਮੂਹ ਜੋ ਅੰਤਰ ਪਰਜਨ ਦੇ ਸਮਰੱਥ ਹੈ ਉਸ ਨੂੰ ਕੀ ਬੋਲਿਆ ਜਾਂਦਾ ਵੀ ਸਪੀਸੀਸ ਇਹਨਾਂ ਵਿੱਚੋਂ ਕਿਹੜਾ ਆਪਣਾ ਭੋਜਨ ਆਪ ਤਿਆਰ ਕਰ ਸਕਦਾ ਹੈ ਕਾਈ ਮਨੁੱਖ ਵਿੱਚ ਪਰਜਨਨ ਦੌਰਾਨ ਹੇਠ ਲਿਖੀਆਂ ਕਿਰਿਆਵਾਂ ਦਾ ਸਹੀ ਕਰਮ ਕੀ ਹੈ ਵੀ ਪਹਿਲਾਂ ਜੁਗਮਕ ਗਠਨ ਹੋਊਗਾ ਜੁਗਮ ਬਣਨਗੇ ਫਿਰ ਨਿਸ਼ੇਚਨ ਹੋਊਗਾ ਫਿਰ ਜੁਗਮੁੰਜ ਬਣ ਜੂ ਫਿਰ ਭਰੂਣ ਪਹਿਲੀ ਆਪਸ਼ਨ ਸਹੀ ਕਿਸਾਨਾਂ ਨੂੰ ਦਾਲਾਂ ਦੀਆਂ ਫਸਲਾਂ ਲਈ ਮਿੱਟੀ ਵਿੱਚ ਕਿਹੜੀ ਖਾਦ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਵੀ ਨਾਈਟ੍ਰੋਜਨ ਠੀਕ ਹੈ ਰਸ ਅੰਕੁਰ ਕਿੱਥੇ ਮਿਲਦੇ ਨੇ ਛੋਟੀ ਅੰਦਰ 'ਚ ਅਧਿਆਪਕ ਨੇ ਏਰੀਆ ਨੂੰ ਦੱਸਿਆ ਕਿ ਪੌਦਿਆਂ ਵਿੱਚ ਪਰਜਨਨ ਲਿੰਗੀ ਅਤੇ ਅਲਿੰਗੀ ਵਿਧੀਆਂ ਨਾਲ ਹੀ ਹੁੰਦਾ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਧੀ ਅਲਿੰਗੀ ਪਰਜਨਨ ਨਹੀਂ ਹੈ ਕਿਹੜੀ ਵੀ ਨਿਸ਼ੇਚਨ ਕਿਉਂਕਿ ਇਹ ਲਿੰਗੀ ਪ੍ਰਜਨਨ ਮਨੁੱਖਾਂ ਵਿੱਚ ਹੁੰਦਾ ਜਿਵੇਂ ਬੇਟਾ ਠੀਕ ਹੈ ਇਹ ਸੀਗੇ ਸਾਡੇ ਸਾਇੰਸ ਦੇ 40 ਕੁਸ਼ਚਨ ਅਤੇ ਉਮੀਦ ਆ ਬੇਟਾ ਇਹ ਸੌਖੇ ਸੀਗੇ ਤੁਹਾਨੂੰ ਆਉਂਦੇ ਹੋਣਗੇ ਅਤੇ ਤੁਹਾਡੇ ਸਹੀ ਹੋਣਗੇ ਥੈਂਕ ਯੂ।